ਜੀਵਨ ਦੇ ਵਿੱਚੋਂ ਹਨੇਰਿਆਂ ਦੀ ਰਾਤ ਮੁੱਕ ਜਾਏ, ਜੀਵਨ ਦੇ ਵਿੱਚੋਂ ਪਾਪ ਖਤਮ ਹੋ ਜਾਏ, ਜੀਵਨ ਦੇ ਵਿੱਚੋਂ ਕਰਜ਼ਾ ਚਲਿਆ ਜਾਏ, ਬਿਮਾਰੀਆਂ ਚਲੀਆਂ ਜਾਣ, ਹੈਨਾ, ਜੀਵਨ ਦੇ ਵਿੱਚੋਂ ਗਰੀਬੀ ਨਿਕਲ ਜਾਏ ਤੇ ਖੁਸ਼ੀ ਹੁੰਦੀ ਹੈ, ਹੈਨਾ। ਪਰ ਯਾਦ ਰੱਖੋ, ਉਹਨੇ ਕੀਮਤ ਅਦਾ ਕੀਤੀ ਹੈ, ਉਹਨੇ ਮੇਰੇ ਤੇ ਤੁਹਾਡਿਆਂ ਬਿਮਾਰੀਆਂ ਦੀ ਕੀਮਤ ਦੇ ਦਿੱਤੀ ਆ, ਉਹਨੇ ਸਾਡੇ ਪਾਪ ਚੁੱਕ ਲਏ ਆ, ਸਾਨੂੰ ਬਿਮਾਰੀਆਂ ਤੋਂ ਆਜ਼ਾਦ ਕਰ ਦਿੱਤਾ ਵਾ। ਵਿਰੋਧੀ ਹਾਲਾਤ ਤੁਹਾਨੂੰ ਕਮਜ਼ੋਰ ਕਰ ਸਕਦੇ ਨੇ, ਪਰ ਜਿਹੜਾ ਖੁਦਾ ਤੁਹਾਡੇ ਅੰਦਰ ਆ, ਤੁਹਾਡੇ ਨਾਲ ਹੈ, ਉਹ ਤੁਹਾਨੂੰ ਕਦੀ ਵੀ ਕਮਜ਼ੋਰ ਹੋਣ ਦੇਵੇਗਾ ਨਹੀਂ, ਕਮਜ਼ੋਰ ਹੋਣ ਦੇਵੇਗਾ ਉਹ, ਤੁਹਾਨੂੰ ਅਨਾਥ ਨਹੀਂ ਛੱਡੇਗਾ, ਉਹ ਤੁਹਾਨੂੰ ਇਕੱਲਿਆਂ ਨਹੀਂ ਛੱਡੇਗਾ। ਹੱਥ ਉਠਾ ਕੇ ਬੋਲੀਏ ਹਾਲੇਲੂਇਆ। ਇਸ ਲਈ ਮੇਰੇ ਨਾਲ ਮਿਲ ਕੇ ਬੋਲਣਾ, ਇਹਦੇ ਵਿੱਚ ਮੈਂ ਐਡ ਕੀਤਾ ਇੱਕ ਸ਼ਬਦ, ਮੁੱਕ ਗਈ ਹਨੇਰਿਆਂ ਦੀ ਰਾਤ ਮੁੱਕ ਗਈ, ਸੁੱਕ ਗਈ ਸ਼ੈਤਾਨ ਦੀ ਵੀ ਜਾਨ ਸੁੱਕ ਗਈ। ਉਹਦੀ ਜਾਨ ਪਤਾ ਕਦੋਂ ਸੁੱਕਦੀ ਹੈ? ਉਹਦੀ ਜਾਨ ਉਦੋਂ ਸੁੱਕਣੇ ਪੈਂਦੀ ਜਦੋਂ ਅਸੀਂ ਆਰਾਮ ਨਾ ਕਰਨੇ ਪੂਰੇ ਦਿਨ ਨਾਲ, ਜੇ ਅਸੀਂ ਉਹ ਜੂਜੇ ਬਣ ਕੇ ਖੜੋ ਤੇਰੇ, ਇਹਦਾ ਮਤਲਬ ਫਿਰ ਉਹਨੇ ਸਕਾਈ ਆ। ਆਨੰਦੀ ਤੋਂ ਚਲੀਏ ਫਿਰ ਮਿਲ ਕੇ ਅੱਖਾਂ ਨੂੰ ਬੰਦ ਕਰਕੇ, ਮੁੱਕ ਗਈ ਹਨੇਰਿਆਂ ਦੀ ਰਾਤ ਮੁੱਕ ਗਈ ਬੋਲਿਆ ਸੀ ਮੈਂ ਰਾਮ ਆਇਆ ਕਰ ਜੇ
ਤਾਈਆਂ ਘੋੜੇ ਖੁੱਲਾ ਉਹਦਾ ਦਰਜੇ ਬੋਲਿਆ ਸੀ ਮੈਂ ਰਾਹ ਘੋੜੇ ਨਾਲ ਕਰਜੇ ਮੁੱਕੀ ਅੱਜ ਦਾਈਆਂ ਘੋੜੇ ਖੁੱਲਾ ਉਹਦਾ ਦਰਜੇ ਬੋਲਿਆ ਸੀ ਮੈਂ ਰਾਹ ਘੋੜੇ ਆਇਆ ਕਰਜੇ ਮੁੱਕੀ ਅੱਜ ਦਾਈਆਂ ਘੋੜੇ ਖੁੱਲਾ ਉਹਦਾ ਦਰਜੇ ਬੋਲਿਆ ਸੀ ਮੈਂ ਰਾਹ ਘੋੜੇ ਆਇਆ ਕਰਜੇ ਮੁੱਕੀ ਅੱਜ ਦਾਈਆਂ ਘੋੜੇ ਖੁੱਲਾ ਉਹਦਾ ਦਰਜੇ Thank you.
Thank you.